ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਦਵਿੰਦਰ ਕੌਰ ਹੈ ਮੈਂ ਬਤੌਰ ਲੈਕਚਰਰ ਆਪਣੀ ਜੌਬ ਕੀਤੀ ਹੈ ਕਿ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਸੀ ਹਾਲਾਂਕਿ ਮੇਰੇ ਗੋਡੇ ਦੁਖਦੇ ਸੀ ਮੇਰੇ ਬੇਟੇ ਨੇ ਪਹਿਲਾਂ ਹੀ ਮੈਨੂੰ ਡਾਕਟਰ ਸ਼ਰਿਆ ਦੇ ਇੱਥੇ 3 ਸਾਲ ਪਹਿਲਾਂ ਮੈਨੂੰ 35 ਦੇ ਵਿੱਚ ਉਹਨਾਂ ਨੇ ਡਾਈਟ ਦਵਾਈ ਸੀ ਬੇਟੀ ਨੇ ਤੇ ਮੈਂ ਉਹਨਾਂ ਦੀ ਗਾਈਡੈਂਸ ਦੇ ਨਾਲ ਆਪਣਾ 10 ਕਿਲੋ ਵਜ਼ਨ ਉਦੋਂ ਘੱਟ ਕਰ ਲਿਆ ਸੀਗਾ ਉਸ ਤੋਂ ਬਾਅਦ ਜਦੋਂ ਇਹ ਪ੍ਰੋਬਲਮ ਮੈਨੂੰ ਸ਼ੁਰੂ ਹੋਈ ਉਦੋਂ ਫਿਰ ਮੇਰੇ ਬੇਟੇ ਨੇ ਕਿਹਾ ਵੀ ਡਾਈਟ ਲਓ ਆਪਣੀ ਜਾ ਕੇ ਤੇ ਮੈਂ ਉਦੋਂ ਇਹਨਾਂ ਦਾ ਆਫਿਸ ਨੌ ਫੇਸ ਖੁੱਲਿਆ ਸੀ ਮੈਂ ਉੱਥੇ ਜਾ ਕੇ ਡਾਈਟ ਲਈ ਤੇ ਮੇਰਾ ਵਜ਼ਨ ਜਿਹੜਾ ਸੀ 4-5 ਕਿਲੋ ਮੇਰਾ ਮੈਨੂੰ ਲੱਗਦਾ ਹੈ ਕਿ ਉਹ ਮਹੀਨੇ ਦੇ ਅੰਦਰ-ਅੰਦਰ ਮੇਰਾ ਉਹ ਵਜ਼ਨ ਘਟ ਗਿਆ ਮੈਨੂੰ ਬੜੀ ਖੁਸ਼ੀ ਹੋਈ ਮੇਰਾ ਵਜ਼ਨ ਘਟੇ ਤੇ ਉਸ ਤੋਂ ਬਾਅਦ ਨਾਲ-ਨਾਲ ਮੇਰਾ ਇਹ ਜਿਹੜਾ ਆਪਰੇਸ਼ਨ ਦਾ ਇਹ ਆਪਰੇਸ਼ਨ ਵੀ ਕਰਵਾ ਲਿਆ ਮੈਂ ਡਾਈਟ ਨਾਲ ਫੋਲੋ ਕਰਦੀ ਰਹੀ ਜਿੰਨੀ ਮਿੱਤ ਹੋਈ ਉਸ ਤੋਂ ਬਾਅਦ ਫੇਰ ਮੈਨੂੰ ਡਾਕਟਰ ਸ਼ਰੀਆਣੀ ਇੱਥੇ 35 ਆਪਣੇ ਕੋਲ ਵੀ ਮੈਂ ਦੇਖਾਂਗੀ ਆਪ ਦੇਖਭਾਲ ਕਰਾਂਗੀ ਤੇ ਇੱਥੋਂ ਡਾਈਟ ਮੈਂ ਦੇਵਾਂਗੀ ਤੇ ਮੇਰਾ ਕੇਸ ਜਿਹੜਾ ਇੱਥੇ ਟਰਾਂਸਫਰ ਕਰਵਾ ਲਿਆ ਮੈਂ ਉਸ ਤੋਂ ਬਾਅਦ ਇੱਥੇ ਇਹਨਾਂ ਕੋਲ ਆਈ ਤੇ ਮੈਨੂੰ ਬਿਲਕੁਲ ਕੋਈ ਮਹਿਸੂਸ ਨਹੀਂ ਸੀ ਇਦਾਂ ਹੋ ਰਿਹਾ ਵੀ ਮੈਨੂੰ ਇਦਾਂ ਲੱਗਦਾ ਸੀ ਜੇ ਮੈਨੂੰ ਕੋਈ ਪ੍ਰੋਬਲਮ ਆਈ ਹੈਗੇ ਆ ਤੇ ਮੈਂ ਦੱਸਾਂਗੇ ਨਾ ਮੈਨੂੰ ਇਹ ਪ੍ਰੋਬਲਮ ਹੈ ਤੇ ਮੈਨੂੰ ਕੋਈ ਇਦਾਂ ਦੀ ਜੇ ਮੇਰੀ ਡਾਈਟ ਠੀਕ ਹੋएगी ਕੋਈ ਪ੍ਰੋਬਲਮ ਆਏਗੀ ਵੀ ਨਹੀਂ ਤੇ ਉਹ ਜਿਹੜਾ ਮੇਰੇ ਮਨ ਦੇ ਵਿੱਚ ਵਿਸ਼ਵਾਸ ਸੀ ਉਹ ਵਿਸ਼ਵਾਸ ਬਣਿਆ ਰਿਹਾ ਤੇ ਮੈਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਤਾਂ ਲੀਵਰ ਸੀ ਜਿਹੜਾ ਮੇਰਾ ਲੀਵਰ ਫੈਟੀ ਲੀਵਰ ਸੀ ਉਹ ਵੀ ਮੇਰਾ ਬੜਾ ਵਧੀਆ ਮਤਲਬ ਮੈਂ ਨਾਰਮਲ ਜੋ ਮੇਰੀ ਸੀ ਦਵਾਈਆਂ ਮੈਡੀਸਨ ਵੀ ਨਾਲ ਲੈਂਦੀ ਰਹੀ ਤੇ ਉਹ ਵੀ ਮੇਰਾ ਬਿਲਕੁਲ ਸਹੀ ਰਿਹਾ ਤੇ ਉਸ ਤੋਂ ਬਾਅਦ ਮੈਨੂੰ ਸੈਰਸਿਸ ਦੀ ਪ੍ਰੋਬਲਮ ਸੀ ਬਹੁਤ ਇਹਨਾਂ ਨੇ ਡਾਈਟ ਦੇ ਨਾਲ ਮੇਰਾ ਉਹ ਵੀ ਕੰਟਰੋਲ ਕੀਤਾ ਤੇ ਜਿਹੜਾ ਮੇਰਾ ਸਫਰ ਸੀ ਉਸ ਵੇਲੇ ਦਾ ਜਦੋਂ ਆਪਰੇਸ਼ਨ ਤੋਂ ਬਾਅਦ ਘਰ ਆਈਆਂ ਤੇ ਮੈਨੂੰ ਕੋਈ ਪੇਨ ਨਹੀਂ ਸੀ ਕੁਝ ਨਹੀਂ ਸੀ ਦਵਾਈਆਂ ਮੈਡੀਸਨ ਚੱਲ ਰਹੀਆਂ ਸੀ ਤੇ ਇਵਨ ਕੇ ਮੇਰੇ ਹਸਬੰਦ ਦੀ ਜੌਬ ਉਸ ਵੇਲੇ ਬਠਿੰਡੇ ਸੀ ਤੇ ਉਹਨਾਂ ਨੂੰ ਮੈਂ 5 ਵਜੇ ਦੇ ਕਰੀਬ ਉਹਨਾਂ ਨੇ ਜਾਣਾ ਹੁੰਦਾ ਸੀ ਤਾਂ ਕਿ 9 ਵਜੇ ਆਫਿਸ ਪਹੁੰਚਣ ਮੈਂ ਗੱਡੀ ਦੇ ਵਿੱਚ ਉਹਨਾਂ ਨੂੰ ਆਪਰੇਸ਼ਨ ਤੋਂ ਬਾਅਦ ਲਗਾਤਾਰ ਅਗਲੇ ਦਿਨ ਤੋਂ ਤੇ ਉਹਨਾਂ ਨੂੰ ਉੱਥੇ ਛੱਡ ਕੇ ਆਉਂਦੀ ਸੀ ਗੱਡੀ ਦੇ ਵਿੱਚ ਤੇ ਮੈਨੂੰ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਈ ਡਾਈਟ ਦਾ ਬਹੁਤ ਅਸਰ ਪਿਆ ਤੇ ਜਿਹੜਾ ਮੇਰੀਆਂ ਮੈਡੀਸਨ ਸੀ ਉਹ ਸੀ ਫਿਰ ਉਸ ਤੋਂ ਬਾਅਦ ਇਹ ਵੀ ਰਿਹਾ ਕਿ ਮੇਰਾ ਜਿਹੜਾ ਬਿਲਕੁਲ ਵੀ ਮੈਨੂੰ ਕਦੇ ਵੀ ਆਪਣੇ ਆਪ ਨੂੰ ਘਾਟ ਮਹਿਸੂਸ ਨਹੀਂ ਹੋਈ ਕਿ ਮੇਰੇ ਸ ਕੋਈ ਕਮੀ ਹੈ ਇਹ ਮੈਂ ਮਹਿਸੂਸ ਹੀ ਨਹੀਂ ਕੀਤਾ ਕਿ ਮੈਨੂੰ ਕੋਈ ਪ੍ਰੋਬਲਮ ਹੈ ਕੀ ਹੈ ਇਸ ਤੋਂ ਬਾਅਦ ਕਿਮੋ ਦਾ ਸਫਰ ਜਿਹੜਾ ਸੀ ਉਹ ਡਾਕਟਰ ਉਹ ਸੀ ਪੀਜੀਆਈ ਤੋਂ ਲਿਆ ਤੇ ਉਹ ਜਦੋਂ ਕਿਮੋ ਦਾ ਹੋਇਆ ਉਹ ਥੋੜਾ ਮੁਸ਼ਕਲ ਸੀ ਮੇਰੇ ਲਈ ਕਿਉਂਕਿ ਕੁਝ ਗੱਲਾਂ ਸੁਣ ਸੁਣ ਕੇ ਮੈਂ ਬੜੀ ਡਰੀ ਹੋਈ ਸੀ ਉੱਠਿਆ ਨਹੀਂ ਜਾਂਦਾ ਮਨ ਜੇ ਤੋਂ ਇਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਬੜੀਆਂ ਮੈਂ ਡਰ ਗਈ ਵੀ ਘਰ ਦੇ ਵਿੱਚ ਮੈਂ ਕਿਵੇਂ ਇਸ ਚੀਜ਼ ਨੂੰ ਕੰਟਰੋਲ ਕਰਾਂਗੀ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਪੂਰਾ ਕਾਇਮ ਰੱਖਿਆ ਤੇ ਮੈਂ ਇੱਥੇ ਕਿਉਂਕਿ ਮੈਡਮ ਦੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਜਦੋਂ ਵੀ ਕੋਈ ਗੱਲ ਪ੍ਰੋਬਲਮ ਆਉਂਦੀ ਸੀ ਤੇ ਮੈਨੂੰ ਬਹੁਤ ਵਧੀਆ ਮੈਨੂੰ ਗਾਈਡ ਕਰਦੇ ਸੀ ਤੇ ਜਿਹਦੇ ਕਰਕੇ ਮੈਨੂੰ ਉਹ ਵੀ ਗੱਲ ਮਹਿਸੂਸ ਬਹੁਤੀ ਨਹੀਂ ਹੋਈ ਕਿ ਮੈਂ ਕੀ ਪ੍ਰੋਬਲਮ ਮੈਨੂੰ ਆਈ ਇੱਕ ਨਾ ਉੱਥੇ ਮੈਂ ਕੀਮੋ ਕਰਾਉਣੀ ਨੈਕਸਟ ਡੇ ਮੈਂ ਆਪਣੀ ਡਿਊਟੀ ਦੇ ਉੱਤੇ ਚਲੇ ਜਾਣਾ ਤੇ ਮੈਨੂੰ ਕੋਈ ਵੀ ਕਿਤੇ ਕਮਜ਼ੋਰੀ ਬਹੁਤੀ ਮਹਿਸੂਸ ਨਹੀਂ ਹੋਈ ਥੋੜਾ ਮੋਟਾ ਲੱਗਦਾ ਸੀ ਪਰ ਮੈਨੂੰ ਜੋ ਡਾਈਟ ਦਿੱਤੀ ਇਹਨਾਂ ਨੇ ਉਹ ਫੋਲੋ ਕੀਤੀ ਮੈਂ ਤਾਂ ਮੈਨੂੰ ਬਹੁਤ ਆਪਣੇ ਆਪ ਨੂੰ ਮਤਲਬ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੀ ਕਿਮੂ ਕਦੋਂ ਹੋ ਗਈ ਤੇ ਉਹਦੇ ਵਿੱਚ ਮੈਨੂੰ ਕੋਈ ਡਰ ਲਾਲੀ ਗੱਲ ਜਾਂ ਮੈਂ ਕਦੇ ਮੰਜੇ ਤੇ ਪਈ ਹੋਵਾਂ ਜਾਂ ਮੈਨੂੰ ਕਦੇ ਇਦਾਂ ਲੱਗਿਆ ਹੋਵੇ ਮੈਨੂੰ ਕਮਜ਼ੋਰੀ ਆਈ ਹੈ ਬਿਲਕੁਲ ਨਹੀਂ ਸਗੋਂ ਮੇਰੇ ਸਕੂਲ ਦੇ ਵਿੱਚ ਕਿਸੇ ਨੂੰ ਵੀ ਨਹੀਂ ਸੀ ਪਤਾ ਹੁੰਦਾ ਵੀ ਇਹ ਕੱਲ ਕਿਮੂ ਕਰਾ ਕੇ ਆਈ ਹੈ ਕਈ ਵਾਰੀ ਕੋਈ ਡਾਈਟ ਘਟ ਦਿੰਦੇ ਆ ਜਾਂ ਕਹਿੰਦੇ ਵੀ ਤੁਸੀਂ ਖਾਣਾ ਨਹੀਂ ਜਾਂ ਕਈ ਵਾਰੀ ਲੜਕੀਆਂ ਖਾਸ ਤੌਰ ਤੇ ਕੀ ਹੁੰਦਾ ਕਿ ਨਹੀਂ ਨਹੀਂ ਭੁੱਖੇ ਰਹਿਣਾ ਅਸੀਂ ਆਪਣੇ ਆਪ ਵਜਨ ਨੂੰ ਘਟ ਕਰਨਾ ਹੈ ਬਿਲਕੁਲ ਨਹੀਂ ਬਹੁਤ ਗਲਤ ਗੱਲ ਹੈ ਖਾਓ ਇਹ ਬਾਰ ਬਾਰ ਇਹੀ ਕਹਿੰਦੇ ਆ ਕਿ ਤੁਸੀਂ ਦੋ ਦੋ ਘੰਟੇ ਬਾਅਦ ਖਾਓ ਤੁਹਾਡਾ ਮੀਲ ਛੋਟਾ ਹੋਵੇ ਪਰ ਤੁਸੀਂ ਵਿੱਚ ਗੈਪ ਨਹੀਂ ਦੇਣਾ ਵਧੀਆ ਡਾਈਟ ਦਿੰਦੇ ਆ ਅਤੇ ਟੇਸਟੀ ਹੁੰਦੀ ਹੈ ਔਰ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦਾ ਜਿਹੜਾ ਹੈਗਾ ਜਿਹੜੇ ਬੰਦੇ ਨੂੰ ਬਣਾਉਣ ਦਾ ਸ਼ੌਂਕ ਹੈ ਉਹਦੇ ਵਾਸਤੇ ਤਾਂ ਕਮਾਲ ਦੀ ਗੱਲ ਹੈ ਮੈਂ ਥੋੜਾ ਇਸ ਕੰਮ ਚ ਠਹਿਲੀਆਂ ਮੈਂ ਬਣਾਉਣ ਤੋਂ ਥੋੜਾ ਗੁਰੇਜ਼ ਕਰਦੀ ਆ ਪਰ ਇਹ ਤਰ੍ਹਾਂ ਤਰ੍ਹਾਂ ਦੀ ਡਾਈਟ ਦੱਸਦੇ ਨੇ ਤੇ ਉਹਦੇ ਨਾਲ ਇਦਾਂ ਲੱਗਦਾ ਟੇਸਟ ਵੀ ਡਿਵੈਲਪ ਰਹਿੰਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਸਾਰਾ ਦਿਨ ਭੁੱਖ ਲੱਗਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਇੰਨੀਆਂ ਚੀਜ਼ਾਂ ਹੁੰਦੀਆਂ ਨੇ ਕਿ ਇਦਾਂ ਹੁੰਦਾ ਵੀ ਉਹ ਜਿਹੜੀਆਂ ਚੀਜ਼ਾਂ ਨੇ ਪੂਰੀਆਂ ਖਾਧੀਆਂ ਵੀ ਨਹੀਂ ਜਾਂਦੀਆਂ ਜੋ ਦੱਸੀਆਂ ਜਾਂਦੀਆਂ ਇਸ ਕਰਕੇ ਪੇਟ ਭਰ ਕੇ ਖਾਣਾ ਵਧੀਆ ਖਾਣਾ ਉਸ ਜਿਹੜਾ ਖਾਣਾ ਉਹ ਬਿਲਕੁਲ ਜਿਹੜਾ ਸਾਡੀ ਸਿਹਤ ਦੇ ਮੁਤਾਬਕ ਜੋ ਸਾਡੇ ਸਰੀਰ ਨੂੰ ਚਾਹੀਦਾ ਉਹਦੇ ਮੁਤਾਬਕ ਜਿਹੜਾ ਉਹ ਖਾਣਾ ਦੱਸਿਆ ਜਾਂਦਾ ਇਸ ਕਰਕੇ ਇਸ ਤੋਂ ਕੋਈ ਵੀ ਡਰਨ ਦੀ ਲੋੜ ਨਹੀਂ ਹੈ ਕਿ ਡਾਈਟ ਦੇ ਵਿੱਚ ਭੁੱਖਾ ਰੱਖਿਆ ਜਾਏਗਾ ਬਿਲਕੁਲ ਭੁੱਖਾ ਨਹੀਂ ਰੱਖਿਆ ਜਾਂਦਾ ਸਗੋਂ ਵੱਧ ਦਿੱਤਾ ਜਾਂਦਾ ਤੇ ਉਹ ਨਹੀਂ ਪੂਰਾ ਖਾਦਾ ਜਾਂਦਾ ਇਹਨਾਂ ਹੁੰਦਾ ਤੁਸੀਂ ਆਪਣੀ ਭੁੱਖ ਨਹੀਂ ਤੇ ਜਦ ਮਰਜ਼ੀ ਤੁਸੀਂ ਉਸ ਚੀਜ਼ ਨੂੰ ਖਾ ਸਕਦੇ ਹੋ ਤੇ ਉਹ ਜਿਵੇਂ ਡਾਈਟੀਸ਼ਨ ਦੱਸਦੇ ਆ ਤੇ ਉਹਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ ਤੇ ਤਦ ਹੀ ਬਹੁਤ ਵਧੀਆ ਰਿਜ਼ਲਟ ਨੇ ਜਿਹੜੇ ਉਹ ਬਹੁਤ ਛੇਤੀ ਆ ਜਾਣਗੇ ਆ ਜਨ ਰਿਜ਼ਲਟ ਤਾਂ ਤਦ ਵੀ ਆ ਜਾਂਦੇ ਆ ਜਿਵੇਂ ਮੈਂ ਘੱਟ ਫਾਲੋ ਕਰਤੀ ਸੀ ਰਿਜ਼ਲਟ ਤਾਂ ਫਿਰ ਵੀ ਆ ਗਏ ਪਰ ਜੇ ਅਸੀਂ ਪ੍ਰੋਪਰ ਫਾਲੋ ਕਰਾਂਗੇ ਤਾਂ ਬਹੁਤ ਵਧੀਆ ਰਿਜ਼ਲਟ ਆਉਣਗੇ ਤੇ ਇਸ ਗੱਲ ਦੀ ਵੀ ਇਹਨੂੰ ਹੁਣ ਸਮਝ ਆਈ ਹੈ ਧੰਨਵਾਦ